काफ़ी डिप्रैशन 'च रहिंदा सी। अज उन्हें कही नाल आपकी माता रिसर्च मारी कही जिसके कारण मर गई बेचारी। ਕੀ ਨਾਮ ਹੈ ਜੀ ਤੁਹਾਡਾ ਜੀ? ਅਮਰਜੀਤ ਸਿੰਘ ਜੀ, ਸਾਬਕਾ ਸਰਪੰਚ। ਕੀ ਘਟਨਾ ਹੋਈ ਹੈ ਜੀ ਪਿੰਡ ਜੀ ਵਿੱਚ? ਪਿੰਡ ਜਿਹੜਾ ਲੜਕਾ ਸੀ ਉਹ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ। ਅੱਜ ਉਹਨੇ ਕਹੀ ਨਾਲ ਆਪਦੀ ਮਾਤਾ ਰਿਸਰਚ ਮਾਰੀ ਕਹੀ ਜਿਹਦੇ ਕਾਰਨ ਉਹ ਮਰ ਗਈ ਵਿਚਾਰੀ। ਕਾਰਨ ਕੀ ਸੀ ਜੀ? ਸੁਣਾਓ। ਕਾਰਨ ਬਸ ਉਹਨੂੰ ਕਾਫੀ ਡਿਪਰੈਸ਼ਨ 'ਚ ਟੈਨਸ਼ਨ 'ਚ ਰਹਿੰਦਾ ਸੀ ਹੋਰ ਜਿਹਦੇ ਕਾਰਨ ਇਹ ਘਟਨਾ ਵਾਪਰੀ। ਕਿੰਨੇ ਜਵਾਕ ਸੀ ਜੀ ਉਹਨਾਂ ਦੇ? ਨਹੀਂ ਉਹਦੇ ਇਕੱਲੇ, ਉਹ ਇਕੱਲੇ ਲੜਕਾ ਸੀ। ਠੀਕ, ਲੜਕਾ ਵੀ ਇਕੱਲੇ ਸੀ। ਵਿਆਹ ਹੋਇਆ ਸੀ ਜੀ? ਹਾਂ ਵਿਆਹ ਸੀਗਾ ਜੀ। ਠੀਕ, ਹਾਂਜੀ। ਕੀ ਨਾਮ ਆ ਜੀ? ਪ੍ਰਿਤਪਾਲ ਸਿੰਘ ਜੀ। ਪ੍ਰਿਤਪਾਲ ਜੀ, ਅੱਜ ਕਿਹੜੇ ਪਿੰਡ ਦੇ ਹੋਏ ਆ ਜੀ? ਕੀ ਮੰਡੇਰ ਕਲਾਂ ਦੀ ਘਟਨਾ ਜੀ? ਇਹ ਮੁੰਡਾ ਡਿਪਰੈਸ਼ਨ 'ਚ ਰਹਿੰਦਾ ਸੀ ਥੋੜ੍ਹਾ। ਅੱਛਾ, ਲੋਕਾਂ ਮੰਨਣ ਨਾਲ ਵੀ ਕਰਦਾ ਸੀ ਵਧੀਆ ਹੈਗਾ। ਅੱਛਾ, ਬਸ ਅੱਜ ਪਤਾ ਨਹੀਂ ਕੀ ਅਚਾਨਕ ਘਰੇ ਕੋਈ ਹੈ ਨਹੀਂ ਸੀਗਾ। ਓਕੇ, ਮਗਰੋਂ ਪਤਾ ਨਹੀਂ ਕੀ ਹੋਇਆ, ਕੀ ਨਾ ਆਪਦੀ ਮਾਮੀ ਨੂੰ ਕਹੀ ਨਾ ਉਹਨੇ ਵਰਤਾ। ਉਦੋਂ ਬਾਅਦ ਪਿੰਡ ਜਦੋਂ ਰੌਲਾ ਪਿਆ ਜੇ ਪਤਾ ਲੱਗਿਆ ਤਿੰਨ ਗੁੱਡੀਆਂ ਨੇ ਇਹਦੇ ਇਕੱਲੇ ਹੀ ਲੜਕਾ ਤੀ ਭੱਜ ਗਿਆ ਇਹ। ਬਸ ਉਦੋਂ ਬਾਅਦ ਜਾ ਕੇ ਆਪ ਹੀ ਭੱਜ ਗਿਆ, ਜਾ ਕੇ ਥਾਣੇ 'ਚ ਹਾਜ਼ਰ ਹੋਇਆ। ਥਾਣੇ 'ਚ ਆਪ ਹੀ ਹਾਜ਼ਰ? ਆਪ ਹੀ ਹਾਜ਼ਰ ਹੋ ਗਿਆ ਜੀ। ਇੰਨੀ ਘਟਨਾ ਹੋਈ ਆ। ਉਦੋਂ ਬਾਅਦ ਪਿੰਡ 'ਚ ਮਾਹੌਲ ਸੈਮ ਦਾ ਮਾਹੌਲ ਹੋ ਗਿਆ ਜੀ। ਸਾਰੇ ਪਿੰਡ 'ਚ ਰੋਟੀ ਘਟਨਾ ਹੋ ਗਈ, ਸਾਰੇ ਪਿੰਡ ਦੀ ਬਹੁਤ ਦੁੱਖ ਦਾ ਹੋਇਆ ਜੀ। ਸਾਰੇ ਪਿੰਡ ਦਾ, ਸਾਰੇ ਪਿੰਡ ਨੇ ਅੱਜ ਬਹੁਤ ਦੁੱਖ ਮਨਾਇਆ ਜੀ। ਬਹੁਤ ਗਰੀਬ ਪਰਿਵਾਰ ਸੀ ਜੀ, ਬਹੁਤ ਨਰਮ ਪਰਿਵਾਰ। ਇਹ ਤਾਂ ਵਿਚਾਰੀ ਜਮੀਂ ਰੱਬ ਦੀ ਭਗਤ ਹੁੰਦੀ ਜੀ। ਇਹਨੂੰ ਤਾਂ ਕੋਈ ਅਸੀਂ ਕਹਿੰਦੀ ਨਹੀਂ ਤੀ ਵੀ ਗੱਲ ਹੈ ਵੀ ਉਹ ਕੋਈ ਇਹਦੀ ਕੋਈ ਲੜਾਈ ਨਹੀਂ ਤੀ, ਪੜ੍ਹਾਈ ਨਹੀਂ ਤੀ, ਬਸ ਬਸ ਇਸੇ ਕਰਕੇ ਟੈਨਸ਼ਨ ਲੈ ਗਿਆ ਜੀ। ਟੈਨਸ਼ਨ ਕੋਈ ਪਤਾ, ਕੋਈ ਬਾਹਲੀ ਟੈਨਸ਼ਨ ਵੀ ਹੁੰਦੀ ਜੀ। ਬਸ ਉਹ ਚੁੱਪ ਚੁੱਪ ਜੇ ਰਹਿਣਾ ਹੁੰਦਾ ਸੀ, ਕਿਸੇ ਨੂੰ ਐਂ ਪਤਾ ਵੀ ਨਹੀਂ ਤੀ ਵੀ ਇਹ ਗੱਲ ਕਰ ਦੂਗਾ, ਕਿਸੇ ਨੂੰ ਭਰੋਸਾ ਵੀ ਨਹੀਂ ਤੀ ਵੀ ਇਹ ਗੱਲ ਕਰ ਦੂਗਾ। ਠੀਕ, ਕੀ ਨਾਮ ਹੈ ਮੈਡਮ ਤੁਹਾਡਾ? ਡਾਕਟਰ ਜਸਜੀਤ ਕੌਰ। ਮੈਡਮ, ਕੀ ਕੇਸ ਆਇਆ ਜੀ? ਸਾਡੇ ਕੋਲ ਇੱਕ ਪੇਸ਼ੈਂਟ ਬਰੋਡ ਡੈਡ ਅਮਰਜੀਤ ਕੌਰ, ਪਤਨੀ ਮਿੱਠੂ ਸਿੰਘ, ਪਿੰਡ ਮੰਡੇਰ ਕਲਾਂ। ਇਸਦੇ ਪੁੱਤਰ ਨੇ ਇਹਨੂੰ ਕਹੀ ਮਾਰ ਕੇ ਕਤਲ ਕਰ ਦਿੱਤਾ। ਇਹ ਬਾਡੀ ਮੋਰਚਰੀ 'ਚ ਰਖਵਾਈ ਗਈ ਹੈ ਅਤੇ ਇਹਦਾ ਪੋਸਟਮਾਰਟਮ ਕੱਲ੍ਹ ਕੀਤਾ ਜਾਵੇਗਾ। ਕਿੰਨੀ ਕੁ ਉਮਰ ਸੀ ਮੈਡਮ ਇਹਨਾਂ ਦੀ? ਉਮਰ 60 ਸਾਲ ਤੋਂ ਉੱਪਰ ਸੀ।